ਦਾਵਾ ਕਰਨਾ ਜੀ ਮਸ਼ੀਨ ਬਣਨ ਤੋਂ ਬਾਅਦ ਸਾਡੇ ਜਿੰਨੇ ਵਹੀਕਲ ਨੇ ਸਾਡੇ ਜਿੰਨੇ کارਖਾਨੇ ਨੇ ਸਾਡੇ ਥਰਮਲ ਪਲਾਂਟ ਸਾਡਾ ਪੈਟਰੋਲ ਡੀਜ਼ਲ ਕੋਲਾ ਬਿਜਲੀ ਰਸੋਈ ਗੈਸ ਇਹ ਸਭ ਫ੍ਰੀ ਹੋ ਜਾਣਗੇ ਇਹ ਮਸ਼ੀਨ ਸਾਰੇ ਕੰਮ ਕਰੇਗੀ ਨਾ ਕਿ ਮਸ਼ੀਨ ਬਣਨ ਤੋਂ ਬਾਅਦ ਸਰਕਾਰਾਂ ਇਹ ਕਹਿਣ ਵੀ ਉਹਨੇ ਬਣਾਤੀ ਵੀ ਇਹਨੂੰ ਨਾਮ ਦੇਉ 50 ਹਜ਼ਾਰ ਨਾਮ ਦੇ ਦਨ ਕਿ ਮੈਨੂੰ ਕੀ ਕਰ ਦੇਣਗੇ ਤੇ ਵਜੋਂ ਇਲੈਕਟ੍ਰੀਸ਼ੀਅਨ ਆ ਜਿੰਨਾ ਪੈਸਾ ਮੈਂ ਕਮਾਇਆ ਸਾਰਾ ਮੈਂ ਇਹਨਾਂ ਮਸ਼ੀਨਾਂ ਤੇ ਲਗਾਉਂਦਾ ਰਿਆਂ ਮੈਨੂੰ ਪਤਾ ਵੀ ਮੈਂ ਮਸ਼ੀਨ ਨੂੰ ਲੱਗੇ ਰਹਿਣਾ ਤੇ ਸਾਧਨ ਵੀ ਮੇਰੇ ਕੋਲ ਪੂਰੇ ਹੋਣ ਪੈਸਾ ਮੇਰੇ ਕੋਲ ਹੋਵੇ ਤੇ ਮਸ਼ੀਨ ਕਿਵੇਂ ਨਾ ਬਣ ਕੇ ਛੇਤੀ ਤਿਆਰ ਹੋਵੇਗੀ ਮੈਨਾਂ ਇਹ ਵੇਵਜ਼ ਨੂੰ ਰੋਕ ਕੇ ਇਹਨੀਆਂ ਵੇਵਜ਼ ਨੂੰ ਫ੍ਰੀਕੁਐਂਸੀ ਵਿੱਚ ਚੇਂਜ ਕਰਕੇ ਤੇ ਮਤਲਬ ਇਹ ਪਾਵਰ ਵਰਤੀ ਜਾ ਸਕਦੀ ਹੈ। ਉਹ ਜਿਹੜੇ ਟੈਪ ਵਾਲੇ ਸੀ ਉਹ ਭਾਲਦੇ ਸੀ ਨੁਕਤੇ। ਵੀ ਕਿੰਦੇ ਕੋਲ ਨੁਕਤਾ ਹੈਗਾ? ਮੈਂ ਇਹਨਾਂ ਦੱਸਿਆ ਮੇਰੇ ਕੋਲ ਨੁਕਤਾ ਹੈਗਾ। ਮੇਰੇ ਦੱਸੋ ਤੁਸੀਂ ਕਿ ਮਦਦ ਕਰਦੇ ਜੇ। ਉਹ ਮੈਨੂੰ ਕਹਿੰਦੇ ਅਸੀਂ ਮਦਦ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਇਹਨਾਂ ਬਣਾ ਕੇ ਲਾਓ। ਜਦੋਂ ਬਣਾ ਹੀ ਮੈਂ ਲਈ ਫਿਰ ਸਰਕਾਰਾਂ ਦੀ ਸਾਨੂੰ ਕੀ ਲੋੜ ਪੈਗੀ? ਕਲਪਨਾ ਕਰਕੇ ਦੇਖੋ ਕਿ ਥੋਡੀਆਂ ਕਾਰਾਂ ਗੱਡੀਆਂ ਮੋਟਰਸਾਈਕਲ ਜਿਹੜੇ ਨੇ ਉਹ ਬਿਨਾ ਕਿਸੇ ਤੇਲ ਤੋਂ ਬਿਨਾ ਕਿਸੇ ਫਿਊਲ ਤੋਂ ਡੀਜ਼ਲ ਪੈਟਰੋਲ ਤੋਂ ਚੱਲਣ ਇਹ ਵੀ ਕਲਪਨਾ ਕਰਕੇ ਦੇਖੋ ਕਿ ਤੁਹਾਡੀ ਜਿਹੜੀ ਬਿਜਲੀ ਹੈ ਉਹ ਤਕਰੀਬਨ ਤਕਰੀਬਨ ਮੁਫਤ ਵਰਗੀ ਹੋ ਜੇ ਉਹਦੇ ਤੇ ਕੋਲੇ ਦੀ ਲੋੜ ਨਾ ਪਵੇ ਤੁਹਾਨੂੰ ਡੈਮਸ ਤੋਂ ਬਿਜਲੀ ਨਾ ਬਣਾਣੀ ਪਵੇ ਮਹਿੰਗਾ ਪ੍ਰੋਸੈਸ ਹੈ ਬਿਜਲੀ ਬਣਾਉਣ ਦਾ ਉਹ ਮੁਫਤ ਵਰਗਾ ਹੋ ਜੇ ਕਲਪਨਾ ਕਰਨ ਤੋਂ ਬਾਅਦ ਇਹ ਸੋਚ ਰਹੇ ਹੋਵੋਗੇ ਕਿ ਜਦੋਂ ਇਹ ਚੀਜ਼ ਪੋਸੀਬਲ ਨਹੀਂ ਤਾਂ ਫਿਰ ਮੈਂ ਗੱਲ ਕਿਉਂ ਕਰ ਰਿਹਾ ਇਹ ਪੋਸੀਬਲ ਹੈ ਜਨਾਬ ਇਹ ਬਿਲਕੁਲ ਸੱਚ ਹੈ ਇਸ ਤਰ੍ਹਾਂ ਹੋ ਸਕਦਾ ਹੈ ਔਰ ਇਸ ਨੂੰ ਸੱਚ ਕਰ ਦਿਖਾਇਆ ਹੈ ਮਲੋਟ ਦੇ ਨੇੜੇ ਪੈਂਦੇ ਪਿੰਡ ਡੱਬ ਵਾਲੀ ਢਾਬ ਦੇ ਨਿਰਮਲ ਸਿੰਘ ਨੇ ਤਕਰੀਬਨ 40 ਸਾਲ ਤੋਂ ਨਿਰਮਲ ਸਿੰਘ ਦੀਆਂ ਇਹ ਖੋਜਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਮਸ਼ੀਨਾਂ ਜੋ ਉਹਨਾਂ ਨੇ 40 ਸਾਲ ਦੇ ਤਜਰਬੇ ਤੋਂ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਤਿਆਰ ਕੀਤੀਆਂ ਔਰ ਇਹਦਾ ਸਿੱਟਾ ਇਹ ਨਿਕਲਿਆ ਕਿ ਫਿਊਲ ਲੈਸ ਬਿਨਾ ਕਿਸੇ ਫਿਊਲ ਤੋਂ ਬਿਨਾ ਕਿਸੇ ਈਦਨ ਕਹਿ ਦਿੰਦੇ ਹਿੰਦੀ ਦੇ ਵਿੱਚ ਇੱਕ ਸ਼ਬਦ ਹੈ ਉਹਦੇ ਤੋਂ ਬਿਨਾ ਤੁਸੀਂ ਮਸ਼ੀਨ ਚਲਾ ਸਕਦੇ ਹੋ ਬਿਜਲੀ ਪੈਦਾ ਕਰ ਸਕਦੇ ਹੋ ਘਰਾਂ ਦੇ ਪੱਖੇ ਲਾਈਟਾਂ ਬਿਜਲੀ ਕਾਰਾਂ ਹਰ ਇੱਕ ਚੀਜ਼ ਜੋ ਜੋ ਜਿਵੇਂ ਮਸ਼ੀਨ ਇੱਕ ਛੋਟੀ ਤੋਂ ਛੋਟੀ ਮਸ਼ੀਨ ਤੋਂ ਲੈ ਕੇ ਵੱਡੀ ਤੋਂ ਵੱਡੀ ਮਸ਼ੀਨ ਤੱਕ ਪਰ ਇਹ ਕਿਵੇਂ ਹੋਊਗਾ ਇਹ ਮੁਫਤ ਚ ਕਿਵੇਂ ਹੋਊਗਾ ਇਹ ਬਿਨਾ ਖਰਚੇ ਤੋਂ ਕਿਵੇਂ ਹੋਊਗਾ ਇਸ ਦੀ ਜਾਣਕਾਰੀ ਲੈਣੇ ਆ ਇਹ ਸਾਰੀਆਂ ਮਸ਼ੀਨਾਂ ਕੀ ਨੇ ਕੀ ਇਹਨਾਂ ਦਾ ਹੋਂ ਤੱਕ ਦੀ ਖੋਜ ਹੈ ਔਰ ਇਹ ਦੁਨੀਆ ਦੀ ਸਭ ਤੋਂ ਵੱਡੀ ਖੋਜ ਹੈ ਨਿਰਮਲ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਸੀਕਾਲ ਜੀ ਸਭ ਤੋਂ ਪਹਿਲਾਂ ਜੀ ਮੈਂ ਆਈ ਹੋਈ ਚੈਨਲ ਦੀ ਟੀਮ ਦਾ ਧੰਨਵਾਦੀ ਆ ਜਿਨ੍ਹਾਂ ਨੇ ਤੇ ਪਹੁੰਚ ਕੇ ਮੇਰੇ ਪ੍ਰੋਜੈਕਟ ਨੂੰ ਵੇਖਿਆ ਮੇਰੀ ਹੌਸਲਾ ਵਧਾਈ ਕੀਤੀ ਏ ਤੇ ਮੈਨੂੰ ਬਹੁਤ ਇਨਤਿਹਾਨ ਹੈ ਵੀ ਇਹ ਮੇਰੀ ਕੋ ਮਦਦ ਕਰਨਗੇ ਨਿਰਮਲ ਸਿੰਘ ਜੀ ਕੀ ਤੁਹਾਡਾ ਕੀ ਇੰਨੀਆਂ ਜਿਹੜੀਆਂ ਮਸ਼ੀਨਜ਼ ਪਈਆਂ ਥੋੜੀ ਖੋਜ ਹੈ ਹੈ ਕੀ ਇਹ ਖੋਜੇ ਦੇ ਬਾਰੇ ਦੱਸੋ ਇਹ ਜੇ ਖੋਜ ਦੇ ਸਬੰਧ ਵਿੱਚ ਮੈਗਨੈਟਿਕ ਕੁਦਰਤ ਦਿੱਤੀ ਹੋਈ ਆਪਣੇ ਕੋਲ ਪਾਵਰ ਹੈ ਹੂੰ ਇਸ ਪਾਵਰ ਨੂੰ ਅਜੇ ਤੱਕ ਕੋਈ ਵੀ ਵਰਤ ਕੇ ਇਹਨੂੰ ਕੋਈ ਵੱਖਰੀ ਪਾਵਰ ਇਹਦੇ ਤੋਂ ਪੈਦਾ ਨਹੀਂ ਕਰ ਸਕਿਆ ਕਿਉਂਕਿ ਕੁਦਰਤ ਦਿੱਤੀ ਹੋਈ ਮੈਗਨੈਟ ਪਾਵਰ ਨੂੰ ਜਿਹੜਾ ਗੇੜਾ ਨਹੀਂ ਕੋ ਦਵਾ ਸਕਿਆ ਹੂੰ ਮੈਂ ਇੱਕ ਸਿਧਾਂਤ ਐਨੇ ਜੋ ਤੁਸੀਂ ਮਸ਼ੀਨਾਂ ਮੇਰੀਆਂ ਦੇਖੀਆਂ ਨੇ ਉਹਨਾਂ ਦੇ ਵਿੱਚੋਂ ਮੈਂ ਇਹ ਲੱਭਿਆ ਅੱਜ ਤੱਕ ਨਵਾਂ ਸਿਧਾਂਤ ਖੋਜਿਆ ਵੀ ਜੋ ਸਾਡੀ ਮੈਗਨੈਟ ਪਾਵਰ ਹੈ ਇਹਨੀਆਂ ਵੇਵਜ ਨੂੰ ਇਹਨੀਆਂ ਵੇਵਜ ਨੂੰ ਮੈਂ ਫ੍ਰੀਕੁਐਂਸ ਦੇ ਵਿੱਚ ਚੇਂਜ ਕਰਦਾ ਠੀਕ ਹੈ ਜੋ ਮੇਨ ਮੁੱਦਾ ਹੈ ਚੁਮਕੀ ਜੋ ਪਾਵਰ ਹੈ ਕੁਦਰਤੀ ਦੀ ਦਿੱਤੀ ਹੋਈ ਹੂੰ ਉਸ ਮੈਗਨੇਟ ਪਾਵਰ ਨੂੰ ਮੈਂ ਮੈਗਨੇਟ ਵੇਵਜ ਦੇ ਵਿੱਚ ਕਨਵਰਟ ਕਰਕੇ ਉਸ ਵੇਵਜ ਨਾਲ ਮੈਂ ਇਹਨਾਂ ਮਸ਼ੀਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅੱਜ ਤੱਕ ਮੈਂ ਇਹ ਦਾਵਾ ਨਹੀਂ ਕਰਦਾ ਵੀ ਮੈਂ ਮਸ਼ੀਨ ਚਲਾਤੀ ਇੱਕ ਸਿਧਾਂਤ ਉੱਪਰ ਕੇ ਜਰੂਰ ਸਾਹਮਣੇ ਆ ਗਿਆ ਮੈਂ ਅੱਜ ਆਪਦੀ ਹਿੱਕ ਤੇ ਹੱਥ ਮਾਰ ਕੇ ਕਹਿ ਸਕਣਾ ਵੀ ਇਹ 100% ਜੋ ਸਿਧਾਂਤ ਬਣ ਚੁੱਕਾ ਹੈ ਬਿਲਕੁਲ ਸਹੀ ਹੈ ਔਰ ਇਹ ਮਸ਼ੀਨਾਂ ਇਸ ਸਿਧਾਂਤ ਨਾਲ ਚੱਲਣਗੀਆਂ ਜੇ ਮੈਂ ਨਾ ਚਲਾਵਾਂਗਾ ਤਾਂ ਹੋਰ ਕੋਈ ਵਿਗਿਆਨੀ ਜਾਂ ਕਦੀ ਵੀ ਕਦੋਂ ਵੀ ਹੋਇਆ ਇਹ ਸਿਧਾਂਤ ਇਹ ਸਿਧਾਂਤ ਦੇ ਇਹ ਸਿਧਾਂਤ ਦੇ ਤਹਿ ਦੀ ਮਸ਼ੀਨਾਂ ਚੱਲਣਗੀਆਂ ਜਦੋਂ ਚੱਲੀਆਂ ਨਿਰਮਲ ਸਿੰਘ ਜੀ ਇਹ ਸਿਧਾਂਤ ਤੁਸੀਂ ਬਣਾ ਤੁਸੀਂ ਕਹਿ ਰਹੇ ਹੋ ਕਿ ਸਿਧਾਂਤ ਦੀ ਖੋਜ ਹੋ ਗਈ ਹੈ ਹਾਂਜੀ ਹਾਂਜੀ ਤਾਂ ਫਿਰ ਮਸ਼ੀਨ ਬਣਾਉਣ ਚ ਕੀ ਪ੍ਰੋਬਲਮ ਆ ਰਹੀ ਹੈ ਵੇਖੋ ਜੀ ਮਸ਼ੀਨ ਬਣਾਉਣ ਦੀ ਜਿਹੜੀ ਪ੍ਰੋਬਲਮ ਹੈ ਤੁਸੀਂ ਇਹ ਦੇਖ ਹੀ ਰਹੋ ਰਹੋ 40 ਸਾਲ ਮੈਨੂੰ ਹੋ ਗਏ ਨੇ ਸੰਘਰਸ਼ ਕਰਦੇ ਨੂੰ ਔਰ ਇੰਨੀਆਂ ਮਸ਼ੀਨਾਂ ਬਣਾਉਣ ਤੇ ਜੋ ਮੈਨੂੰ ਖਪਣਾ ਪਿਆ ਹੈ ਜੋ ਮੈਨੂੰ ਮਿਹਨਤ ਕਰਨੀ ਪਈ ਹੈ ਤੇ ਅੱਜ ਹੁਣ ਮੈਂ ਸਿਧਾਂਤ ਇਹ ਮੈਨੂੰ ਮਿਲ ਗਿਆ ਹੈ ਪਰ ਕਿੱਥੇ ਮੁਸ਼ਕਲ ਆਈ ਹੈ ਮੁਸ਼ਕਲ ਆਈ ਵੀ ਸਾਡੇ ਕੋਲ ਨਾ ਤੇ ਪਿੰਡਾਂ ਦੇ ਵਿੱਚ ਕੋਈ ਇਹਨੇ ਸਾਧ ਨਹੀਂ ਸਨ ਹਮ ਨਾ ਕੋਈ ਸਰਕਾਰਾਂ ਇਹ ਸਹਿਯੋਗ ਦੇ ਰਹੀਆਂ ਵੀ ਇਹਦੇ ਵਿੱਚ ਵੀ ਕਿਤੇ ਜਿੱਥੇ ਖੋਜ ਕਰਤਾ ਬੈਠੇ ਨੇ ਵੀ ਉਹਨਾਂ ਦੀ ਸਰਕਾਰਾਂ ਹੀ ਮਦਦ ਕਰਨ ਹੂੰ ਸਾਡੇ ਕੋਲ ਤਾਂ ਜੋ ਕੁਝ ਹੈਗਾ ਨਾ ਸਾਡੇ ਕੋਲ ਖਰਾਦਾਂ ਨਾ ਸਾਡੇ ਕੋਲ ਕੋਈ ਲੈਬਾਰਟਰੀਆਂ ਵੀ ਜਿਹੜੇ ਅਸੀਂ ਇਹਨਾਂ ਨੂੰ ਜਲਦੀ ਬਣਾ ਲਈਏ ਤੇ ਫਿਰ ਇਹ ਸਾਰੇ ਸਾਰੇ ਜਿਹੜੇ ਐਕਸਪੈਰੀਮੈਂਟ ਹੈ ਤੁਸੀਂ ਕਰਦੇ ਕਿੱਥੇ ਹੋ ਜੀ ਵੇਖੋ ਜੀ ਮੈਂ ਇੱਕ ਇਲੈਕਟ੍ਰੀਸ਼ੀਅਨ ਆ ਕਿੱਥੇ ਵਜੋਂ ਇਲੈਕਟ੍ਰੀਸ਼ੀਅਨ ਆ ਹੂੰ ਮੇਰੇ ਕੋਲ ਦੁਕਾਨ ਦੇ ਉੱਤੇ ਜੋ ਮੈਂ ਉੱਥੇ ਬਹਿ ਕੇ ਦੁਕਾਨ ਤੇ ਹੀ ਇਹ ਸਾਰੀਆਂ ਮਸ਼ੀਨਾਂ ਤਿਆਰ ਕਰਦਾ ਨਾ ਜਾਂ ਘਰੇ ਬਹਿ ਕੇ ਤਿਆਰ ਕਰਦਾ ਰਿਆ ਨਾ ਤਾਂ ਮੇਰੇ ਕੋ ਕੋ ਖਰਾਦਾ ਨਾ ਨਾ ਮੇਰੇ ਕੋ ਕੋ ਹੋਰ ਸਾਧਨ ਹੈਗੇ ਨੇ ਸਾਧਨਾਂ ਦੀ ਬੜੀ ਵੱਡੀ ਕਮੀ ਹੈ ਹੂੰ ਤੇ ਉਹ ਕਮੀ ਦੇ ਕਾਰਨ ਕਰਕੇ ਜੇ ਮੈਨੂੰ ਪਤਾ ਹੋਵੇ ਵੀ ਮੈਂ ਇਹ ਮਸ਼ੀਨ ਹੀ ਤਿਆਰ ਕਰਨੀ ਮੈਂ ਇਸ ਮਸ਼ੀਨ ਨੂੰ ਲੱਗਰ ਮੈਨੂੰ ਕਮਾਉਣ ਦਾ ਕੋਈ ਫਿਕਰ ਹੀ ਨਾ ਹੋਵੇ ਘਰ ਪਰਿਵਾਰ ਦਾ ਵੀ ਫਿਕਰ ਨਾ ਹੋਵੇ ਉਹਨਾਂ ਨੂੰ ਸੰਭਾਲਣਾ ਮੈਂ ਮੈਨੂੰ ਪਤਾ ਵੀ ਮੈਂ ਮਸ਼ੀਨ ਨੂੰ ਲੱਗੇ ਰਹਿਣਾ ਤੇ ਸਾਧਨ ਵੀ ਮੇਰੇ ਕੋ ਪੂਰੇ ਹੋਣ ਪੈਸਾ ਮਰਕਲ ਹੋਵੇ ਤੇ ਮਸ਼ੀਨ ਕਿਵੇਂ ਨ ਬਣ ਕੇ ਛੇਤੀ ਤਿਆਰ ਹੋਵੇਗੀ ਹੁਣ ਤੁਹਾਨੂੰ ਕੀ ਸਪੋਰਟ ਦੀ ਲੋੜ ਹੈ ਸਰਕਾਰ ਵੱਲੋਂ ਜਾਂ ਕਿਸੇ ਆਰਗੇਨਾਈਜੇਸ਼ਨ ਤੋਂ ਕੀ ਸਪੋਰਟ ਦੀ ਲੋੜ ਹੈ ਜਿਹੜਾ ਇਹ ਤੁਸੀਂ ਮੈਗਨੇਟਿਕ ਵੇਵਸ ਦੇ ਨਾਲ ਜਿਹੜੀ ਮਸ਼ੀਨ ਤਿਆਰ ਕਰਨੀ ਹੈ ਜੋ ਕੱਲ ਨੂੰ ਕਾਰਾਂ ਵੀ ਚੱਲ ਸਕਦੀਆਂ ਜੀ ਉਹਦੇ ਨਾਲ ਬਿਲਕੁਲ ਜੀ ਮੈਂ ਦਾਵਾ ਕਰਨਾ ਜੀ ਇਹ ਮਸ਼ੀਨ ਬਣਨ ਤੋਂ ਬਾਅਦ ਸਾਡੇ ਜਿੰਨੇ ਵਹੀਕਲ ਨੇ ਸਾਡੇ ਜਿੰਨੇ کارਖਾਨੇ ਨੇ ਸਾਡੇ ਥਰਮਲ ਪਲਾਂਟ ਸਾਡਾ ਪੈਟਰੋਲ ਡੀਜ਼ਲ ਕੋਲਾ ਬਿਜਲੀ ਰਸੋਈ ਗੈਸ ਇਹ ਸਭ ਫਰੀ ਹੋ ਜਾਣਗੇ ਇਹ ਮਸ਼ੀਨ ਹੀ ਸਾਰੇ ਕੰਮ ਕਰੇਗੀ ਔਰ ਇਹ ਮਸ਼ੀਨ ਨਾਲ ਜੋ ਵਹੀਕਲ ਨੇ ਦੁਨੀਆ ਦੇ ਸਾਰੇ ਵਿਕਲੇ ਮਸ਼ੀਨ ਨਾਲ ਚੱਲਣ ਕਰਨਗੇ ਉਹਨਾਂ ਦੇ ਵਿੱਚ ਕੋਈ ਦਿਨ ਪਾਉਣ ਦੀ ਲੋੜ ਨਹੀਂ ਪੈਣੀ ਔਰ ਇਹ ਮੈਗਨੇਟ ਮਸ਼ੀਨ ਜਿਹਦਾ ਨਾਮ ਮੈਂ ਮੈਗਨੇਟਰ ਰੱਖਿਆ ਔਰ ਇਹ ਮਸ਼ੀਨ ਹੀ ਸਾਰੇ ਕੰਮ ਕਰੇ ਕਰੇਗੀ ਤੁਸੀਂ ਹੁਣ ਆਪਣਾ ਇਹ ਸਿਧਾਂਤ ਕਿਤੇ ਸਰਕਾਰ ਕੋਲੇ ਆ ਕਿਸੇ ਆਰਗੇਨਾਈਜੇਸ਼ਨ ਕੋਲ ਲੈ ਕੇ ਗਏ ਹੋ ਕਿ ਆ ਤੁਸੀਂ ਜਿਹੜੀ ਖੋਜ ਕੀਤੀ ਹੈ ਇਸ ਤਰ੍ਹਾਂ ਜੀ ਮੈਂ ਪੰਜਾਬ ਸਰਕਾਰ ਜੋ ਮੌਜੂਦਾ ਸਰਕਾਰਾਂ ਸਨ ਮੈਂ ਸਾਇੰਸ ਰਿਸਰਚ ਕੇਅਰ ਆਰਗੇਨਾਈਜੇਸ਼ਨ ਇੱਕ ਸੰਸਥਾ ਬਣਾਈ ਸੀ ਹੂੰ ਉਹਦੇ ਵਿੱਚ ਮੈਂ ਖੋਜ ਕਰਤਾ ਲੱਭ ਲੱਭ ਕੇ ਸਮਾਜ ਦੇ ਵਿੱਚੋਂ ਹੂੰ ਇਕੱਠੇ ਕਰਕੇ ਇੱਕ ਮੰਚ ਤੇ ਔਰ ਮੀਟਿੰਗਾਂ ਕਰ ਕਰਕੇ ਜਿਨ੍ਹਾਂ ਦੀ ਮੇਰੀਆਂ ਚੈਨਲਾਂ ਤੇ ਵੀ ਖਬਰਾਂ ਆਉਂਦੀਆਂ ਰਹੀਆਂ ਅਖਬਾਰਾਂ ਦੇ ਵਿੱਚ ਹੀ ਮੇਰੇ ਕੋਲ ਕਟੀਆਂ ਪਈਆਂ ਨੇ ਹਾਲ ਦੀ ਕੱਢੀ ਵੀ ਔਰ ਮੈਂ ਇਹ ਕੋਸ਼ਿਸ਼ ਕਰਦਾ ਰਿਹਾ ਵੀ ਜਿੱਥੇ ਕਿਤੇ ਵੀ ਖੋਜ ਕਰਤਾ ਬੈਠਾ ਭਾਵੇਂ ਮੈਂ ਹੀ ਬੈਠਾ ਵੀ ਸਾਡੀਆਂ ਸਰਕਾਰਾਂ ਮਦਦ ਕਰਨ ਮੈਂ ਉਹਨਾਂ ਦੀਆਂ ਰਿਪੋਰਟਾਂ ਬਣਾ ਬਣਾ ਕੇ ਉਹਨਾਂ ਨੂੰ ਸਾਰੇ ਖੋਜ ਕਰਤਾ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਤੇ ਸਰਕਾਰਾਂ ਨੂੰ ਅਸੀਂ ਸੂਚਨਾਵਾਂ ਭੇਜਦੇ ਰਹੇ ਆ ਔਰ ਇਹ ਡਿਪਾਰਟਮੈਂਟ ਓਵਰਸਰਚ ਟਿਪ ਦਾ ਸਾਡਾ ਸੈਂਟਰ ਸਰਕਾਰ ਦਾ ਇੱਕ ਅਧਾਰਾ ਟਿਪ ਉਹਨਾਂ ਨੂੰ ਵੀ ਮੈਂ ਇਹਦੇ ਜੋ ਸੂਚਨਾਵਾਂ ਭੇਜਦਾਰਾਂ ਲਿਸਟਾਂ ਬਣਾਵਨਾ ਕਿ ਵੀ ਇਹਨੇ ਖੋਜ ਕਰਤਾ ਹੈ ਨੇ ਇਸ ਤਰ੍ਹਾਂ ਦੇ ਖੋਜਾਂ ਕਰ ਰਹੇ ਨੇ ਪਰ ਸਾਡੀ ਕਿਸੇ ਗੱਲ ਨਹੀਂ ਸੁਣੀ ਤੁਸੀਂ ਇਹ ਰਿਸਰਚ ਕੀਤੀ ਹੈ ਕਿ ਕਿਸੇ ਨੇ ਇਸ ਤੋਂ ਪਹਿਲਾਂ ਦੁਨੀਆ ਦੇ ਵਿੱਚ ਕੰਮ ਕੀਤਾ ਹੈ ਮੈਗਨੇਟਿਕ ਵੇਵਸ ਦੇ ਉੱਤੇ ਇੰਨੇ ਵੱਡੇ ਪੱਧਰ ਦੇ ਉੱਤੇ ਵੇਖੋ ਜੀ ਮੈਂ ਇੱਕ ਅਭੋਰ ਤੋਂ ਡਾਕਟਰ ਗੇਜਾ ਸਿੰਘ ਨੇ ਮੈਂ ਉਹਨਾਂ ਦੇ ਕੋਲ ਇੱਕ ਵਾਰ ਗਿਆ ਹੂੰ ਵੀ ਖੋਜ ਕਰਤਾ ਸੀ ਮੈਨੂੰ ਛੌਂਕ ਸੀ ਵੀ ਜਿੱਥੇ ਵੀ ਕਿਤੇ ਖੋਜ ਕਰਤਾ ਬੈਠਾ ਮੈਂ ਉਹਨਾਂ ਦੇ ਜਾ ਕੇ ਪਤਾ ਲਵਾਂ ਵੀ ਉਹ ਕੀ ਬਣਾ ਰਹੇ ਨੇ ਹੂੰ ਔਰ ਅਸੀਂ ਸਰਕਾਰ ਨੂੰ ਇਹਨਾਂ ਦੀਆਂ ਸੂਚਨਾਵਾਂ ਭੇਜੀ ਆ ਪਈ ਇਹ ਇਹ ਇੰਨੇ ਖੋਜਕਰਤਾ ਸਮਾਜ ਦੇ ਵਿੱਚ ਬੈਠੇ ਵੇ ਸਰਕਾਰ ਇਹਨਾਂ ਨੂੰ ਸੰਭਾਲੇ ਹੂੰ ਅੱਛਾ ਜਦੋਂ ਮੈਂ ਉਹਦੇ ਕੋਲ ਡਾਕਟਰ ਗੇਜਾ ਸਿੰਘ ਕੋਲ ਗਿਆ ਤੇ ਜਾ ਕੇ ਮੈਂ ਦੇਖਿਆ ਜੋ ਕੁਛ ਆ ਮੈਂ ਮਸ਼ੀਨਾਂ ਬਣਾਈਆਂ ਨਾ ਮੈਂ ਤਾਂ ਹੱਥਾਂ ਨਾਲ ਬਣਾ ਕੇ ਤੁਹਾਡੇ ਸਾਹਮਣੇ ਪਈਆਂ ਸਾਰੀਆਂ ਔਰ ਮੈਂ ਦੇਖਿਆ ਮੈਂ ਹੈਰਾਨ ਹੋਇਆ ਵੀ ਉਹਨੇ ਮੈਨੂੰ ਨਾ ਆਪਣੀਆਂ ਫੈਲਾਂ ਕੱਢ-ਕੱਢ ਕੇ ਵਿਖਾਈਆਂ ਜਿੰਦੇ ਤੇ ਉਹਨੇ ਨਕਸ਼ੇ ਬਣਾਈ ਸੀ ਸੇਮ ਇਹੀ ਹੂੰ ਨਕਸ਼ੇ ਬਣਾਏ ਸੇ ਹੱਥਾਂ ਨਾਲ ਉਹਨੇ ਕੁਝ ਨਹੀਂ ਕੀਤਾ ਸੀ ਠੀਕ ਹੈ ਉਹ ਵੀ ਐਸੇ ਫੀਲਡ ਚ ਹੀ ਉਹਦੀ ਸੋਚ ਸੀ ਵੀ ਮੈਂ ਮਸ਼ੀਨ ਬਣਾਵਾਂ ਮੈਗਨੇਟ ਮਸ਼ੀਨ ਪਰ ਉਹ ਤਾਂ ਸਿਰਫ ਉਹਨੇ ਫੈਲਡਾਂ ਦੇ ਵਿੱਚ ਹੀ ਵਾਇਆ ਸੀ ਪਰ ਉਹਨਦੇ ਕੋਲ ਕਲਾ ਤਾਂ ਹੈਗੀ ਸੀ ਨਾ ਕੌਣ ਹੈ ਇਹੋ ਜੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਨੂੰ ਪਤਾ ਵੀ ਸਾਡੇ ਸਮਾਜ ਦੇ ਵਿੱਚ ਇਹੋ ਜੋ ਖੋਜ ਕਰਤਾ ਬੈਠੇ ਨੇ ਸਰਕਾਰਾਂ ਕਿਉਂ ਨਹੀਂ ਸੰਭਾਲਦੀਆਂ ਇਹਨਾਂ ਨਰਮਨ ਸਿੰਘ ਇੰਨੀ ਪਾਵਰ ਆਜੂਗੀ ਜਿਵੇਂ ਕਾਰ ਨੂੰ ਚਲਾਉਣ ਵਾਸਤੇ ਕਿੰਨੇ ਹੌਸਪਾਰਟ ਦੀ ਸਾਨੂੰ ਪਾਵਰ ਚਾਹੀਦੀ ਹੈ ਟਰੈਕਟਰ ਨੇ ਮਸ਼ੀਨਰੀ ਵੱਡੀ ਜਿਹੜੀ ਹੈ ਕੀ ਮੈਗਨੇਟਿਕ એનર્ਜੀ ਇੰਨੀ ਪਾਵਰ ਦੇ ਸਕੂਗੀ ਵੇਖੋ ਹੀ ਸਾਇੰਸ ਦਾ ਯੋਗ ਹੈ ਜਿੱਡਾ ਮਰਜ਼ੀ ਵੱਡਾ ਮੈਗਨੇਟ ਬਣਾ ਲਓ ਵੱਡਾ ਮੈਗਨੇਟ ਲਾ ਦਿਓ ਵੱਡੇ ਵੱਡੇ ਮੈਗਨੇਟ ਲਾ ਦਿਓ ਜਿੱਦਿ ਕੋ ਮਸ਼ੀਨਰੀ ਇਹੀ ਚਲਾਉਣੇ ਚਾਹੁੰਨੇ ਆ ਜੇ ਸਕੂਟਰ ਮੋਟਰਸਾਈਕਲ ਚਲਾਉਣਾ ਚਾਹੁੰਨੇ ਆ ਛੋਟ ਉਹਨ ਦੇ ਵਾਸਤੇ ਛੋਟੀ ਮਸ਼ੀਨ ਬਣ ਜੇਗੀ ਜੇ ਅਸੀਂ ਬੱਸ ਕਾਰ ਚਲਾਉਣੀ ਹੈ ਉਹਨ ਦੇ ਵਾਸਤੇ ਓਡੀ ਵੱਡੀ ਮਸ਼ੀਨ ਬਣ ਜੇਗੀ ਮੋਟਰਾਂ ਤੇ ਛੋਟੀਆਂ ਵੱਡੀਆਂ ਹੈਗੀਆਂ ਨੇ ਉਸ ਤਰ੍ਹਾਂ ਦੀ ਬਣ ਜੇਗੀ ਔਰ ਇਸ ਦੇ ਨਾਲ ਬਿਜਲੀ ਦੀ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਬਿਜਲੀ ਵੀ ਪੈਦਾ ਹੋ ਜੂਗੀ ਬਿਲਕੁਲ ਜੀ ਜੋ ਮਰਜ਼ੀ ਤੁਸੀਂ ਬਿਜਲੀ ਬਣਾਓ ਭਾਵੇਂ ਵਹੀਕਲ ਚਲਾਓ ਕਾਰਖਾਨੇ ਚਲਾਓ ਘਰ ਦੀ ਬਿਜਲੀ ਬਣਾਓ ਜੋ ਮਰਜ਼ੀ ਬਣਾਓ ਇਹਦਾ ਕਿ ਸਿਧਾਂਤ ਬਣਾ ਕੇ ਮੈਂ ਸਾਹਮਣੇ ਲੈਂਦਾ ਇਹਨਾਂ ਦੇ ਤੇ ਹੁਣ ਮੈਂ ਰਿਸਰਚ ਕਰਕੇ ਮੋਟਰ ਜੋ ਸਾਹਮਣੇ ਲਿਆਵਾਂਗਾ ਮੈਂ ਬਣਾ ਕੇ ਬਣਾਵਾਂਗਾ ਮੈਂ ਮੈਨੂੰ ਹੀ ਬਣਾਉਣੀ ਪੈਣੀ ਹੈ ਸਿਧਾਂਤ ਨੂੰ ਤੁਸੀਂ ਸ਼ੇਅਰ ਕੀਤਾ ਅੱਗੇ ਜਾਂ ਉਹ ਤੁਹਾਡੇ ਤੱਕ ਖੁੱਲੇ ਤੱਕ ਸੀਮਤ ਹੈ ਕਿ ਕਿਸੇ ਸਾਇੰਸ ਆਰਗੇਨਾਈਜੇਸ਼ਨ ਨੂੰ ਤੁਸੀਂ ਦਿੱਤਾ ਹੈ ਹੁਣ ਤਾਂ ਇਹ ਸਿਰਫ ਉਹ ਤੁਹਾਡੇ ਤੱਕ ਹੀ ਦੇਖੋ ਜੀ ਇਸ ਤਰ੍ਹਾਂ ਮੇਰੇ ਅਖਬਾਰਾਂ ਦੇ ਵਿੱਚ ਅੱਗੇ ਆਰਟੀਕਲ ਲੱਗਦੇ ਰਹੇ ਨੇ ਇਹ ਮੈਨੂੰ ਯਾਦ ਹੈ ਸੰਨ 2005 ਦੇ ਵਿੱਚ ਮੇਰੇ ਆਰਟੀਕਲ ਅਖਬਾਰਾਂ ਦੇ ਵਿੱਚ ਲੱਗੇ ਸੀ ਉਹਨਾਂ ਦੇ ਵਿੱਚ ਵੀ ਮੈਂ ਇਹ ਦੱਸਿਆ ਸੀ ਵੀ ਜਿਹੜੀਆਂ ম্যাগਨੇਟ ਵੇਵਜ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਨਾਲ ਇਹਨਾਂ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਔਰ ਇਹਦੇ ਤੇ ਮੈਂ ਸਿਧਾਂਤ ਉੱਥੇ ਪੇਸ਼ ਵੀ ਕੀਤਾ ਸੀ ਪਰ ਉਹਨਾਂ ਦੇ ਤੇ ਮੇਰੀ ਕਿਸੇ ਗੱਲ ਨਹੀਂ ਸੁਣੀ ਔਰ ਮੈਂ ਇਹ ਗੱਲ ਕਰਨ ਕਰਨੀ ਚਾਹਣਾ ਤੁਹਾਡੇ ਨਾਲ ਸੰਨ 2007 ਦੇ ਵਿੱਚ ਮੋਗੇ ਸੈਮੀਨਾਰ ਹੋਇਆ ਸੀ ਇੱਕ ਔਰ ਮੈਂ ਉੱਥੇ ਉੱਥੇ ਸਾਇੰਸ ਦਾ ਨਵੇਂ ਟੈਪ ਵਾਲੇ ਡਿਪਾਰਟਮੈਂਟ ਆਵਰ ਸਰਚ ਦਿੱਲੀ ਸੈਂਟਰ ਗਵਰਨਮੈਂਟ ਦੇ ਜਿਹੜੇ ਆਏ ਤੇ ਮੈਂ ਉੱਥੇ ਉਹਨਾਂ ਦੇ ਕੋਲ ਇਹ ਇਹ ਸਿਸਟਮ ਰੱਖਿਆ ਵੀ ম্যাগਨੇਟ ਵੇਵਜ਼ ਜਿਹੜੀਆਂ ਨੇ ਇਹਨਾਂ ਨੂੰ ਵਰਤਿਆ ਜਾ ਸਕਦਾ ਹੈ ਇਹਨਾਂ ਨੂੰ ম্যাগਨੇਟ ਵੇਵਜ਼ ਨੂੰ ਰੋਕ ਕੇ ਮੈਗਨੇਟ ਵੇਵਜ਼ ਨੂੰ ਰੋਕ ਕੇ ਇਹਨੀਆਂ ਵੇਵਜ਼ ਨੂੰ ਫ੍ਰੀਕੁਐਂਸੀ ਵਿੱਚ ਚੇਂਜ ਕਰਕੇ ਤੇ ਮਤਲਬ ਇਹ ਪਾਵਰ ਵਰਤੀ ਜਾ ਸਕਦੀ ਹੈ ਉਹ ਜਿਹੜੇ ਟੈਪ ਵਾਲੇ ਸੀ ਉਹ ਪਾਲਦੇ ਸੀ ਨੁਕਤੇ ਹੂੰ ਵੀ ਕਿੰਦੇ ਕੋਲ ਨੁਕਤਾ ਹੈਗਾ ਮੈਂ ਨਾ ਦੱਸਿਆ ਮੇਰੇ ਕੋਲ ਨੁਕਤਾ ਹੈਗਾ ਮੇਰੇ ਦੱਸੋ ਤੁਸੀਂ ਕਿ ਮਦਦ ਕਰਦੇ ਜੇ ਉਹ ਮੈਨੂੰ ਕਹਿੰਦੇ ਅਸੀਂ ਮਦਦ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਇਹਨਾਂ ਬਣਾ ਕੇ ਲਿਆਓ ਜਦੋਂ ਬਣਾ ਹੀ ਮੈਂ ਲਈ ਫਿਰ ਸਰਕਾਰਾਂ ਦੀ ਸਾਨੂੰ ਕੀ ਲੋੜ ਪੈਗੀ ਜਦੋਂ ਬਣ ਹੀ ਗਈ ਮਸ਼ੀਨ ਬਣ ਕੇ ਸਾਹਮਣੇ ਆ ਜੇ ਸਰਕਾਰਾਂ ਤਾਂ ਮੁੜ ਕੇ ਕੀ ਕਰਉਣਾ ਲੋੜ ਦਾ ਅਜੇ ਗਲਤ ਹੈ ਕਿ ਖਰਚਾ ਹੈ ਉਹ ਮਸ਼ੀਨ ਦੇ ਉੱਤੇ ਖਰਚਾ ਸਾਨੂੰ ਅੱਜ ਸਹਾਇਕ ਦੀ ਲੋੜ ਹੈ ਨਾ ਕਿ ਮਸ਼ੀਨ ਬਣਨ ਤੋਂ ਬਾਅਦ ਸਰਕਾਰਾਂ ਇਹ ਕਹਿਣ ਵੀ ਉਹਨੇ ਬਣਾਤੀ ਵੀ ਇਹਨੂੰ ਨਾਮ ਦੇਓ 50000 ਨਾਮ ਦੇ ਦੇਣਗੇ ਮੈਨੂੰ ਕੀ ਕਰ ਦੇਣਗੇ ਲੱਖਾਂ ਰੁਪਏ ਮੈਂ ਲਈ ਬਟਾ ਤੂੰ ਹੀ ਦੇਖ ਰਹਿ ਜੇ ਮੈਂ ਇੱਕ ਕਿੱਤੇ ਵਜੋਂ ਇਲੈਕਟ੍ਰੀਸ਼ੀਅਨ ਆ ਜਿੰਨਾ ਪੈਸਾ ਮੈਂ ਕਮਾਇਆ ਸਾਰਾ ਮੈਂ ਇਹਨਾਂ ਮਸ਼ੀਨਾਂ ਤੇ ਲਗਾਉਂਦਾ ਰਿਆਂ ਕਈ ਲੱਖਾਂ ਰੁਪਏ ਮੈਂ ਇਹਨਾਂ ਤੇ ਲਗਾ ਚੁੱਕਾ ਤੇ ਇਹ ਸਰਕਾਰ ਹੁਣ ਆਖੇ ਮੈਨੂੰ ਦੋ 50000 ਰੁਪਏ ਮੈਨੂੰ ਨਾ ਦੇਣ ਤੇ ਬੜੀ ਹਾਸੋਈ ਨਹੀਂ ਵਾਲੀ ਗੱਲ ਹੈ ਜਾਂ ਸਾਨੂੰ ਮੌਕਾ ਦੇਵੇ ਮੈਂ ਸਾਇੰਸ ਸਰਚ ਕੈਰ ਆਰਗੇਨਾਈਜੇਸ਼ਨ ਸੰਸਥਾ ਬਣਾਈ ਹੈ ਪੰਜਾਬ ਪੱਧਰ ਤੇ ਰਜਿਸਟਰਡ ਹੈ ਉਹ ਔਰ ਮੈਨੂੰ ਦੇਣ ਮੌਕਾ ਹੈ ਮੈਂ ਸਮਾਜ ਦੇ ਵਿੱਚੋਂ ਲੱਭ ਲੱਭ ਕੇ ਇਹਨਾਂ ਨੂੰ ਧਿਆਨ ਬੰਦੇ ਵੀ ਆ ਖੋਜ ਕਰਤਾ ਬੈਠੇ ਨੇ ਸਰਕਾਰਾਂ ਉਹਨਾਂ ਦੀ ਮਦਦ ਕਰਨ ਖੋਜਾਂ ਕਿਵੇਂ ਸਾਹਮਣੇ ਬਣ ਬਣ ਰਹਣਗੇ ਦੇਸ਼ ਕਿਵੇਂ ترقی ਕਰੇਗਾ ਦੇਸ਼ ਦੇ ਵਿੱਚ ਰਜਕਾਰ ਦੇ ਸੋਮੇ ਕਿਵੇਂ ਨਾ ਪੈਦਾ ਹੋਣਗੇ ਹੋਣਗੇ ਪੈਦਾ ਪਰ ਸਾਡੀਆਂ ਸਰਕਾਰਾਂ ਕਰਦੀਆਂ ਕੁਝ ਨਹੀਂ ਬਿਲਕੁਲ ਸਾਡੀਆਂ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਇਸ ਕੰਮ ਨੇ ਬੜੀ ਵੱਡੀ ਗੱਲ ਹੈ ਕਿ ਕਹਿ ਰਹੇ ਆ ਕਿ ਸਿਧਾਂਤ ਜਿਹੜਾ ਫੀਨੋਮੀਨਾ ਜਿਹੜਾ ਹੈਗਾ ਉਹ ਇਹਨਾਂ ਨੇ ਉਹ ਤਿਆਰ ਕਰ ਲਿਆ ਕਿ ਕਿਸ ਤਰ੍ਹਾਂ ਮੈਗਨੇਟਿਕ ਵੇਵਸ ਨੂੰ ਫ੍ਰੀਕੁਐਂਸੀ 'ਚ ਇਹ ਕਹਿ ਰਹੇ ਆ ਕਿ ਕਨਵਰਟ ਕਰਨਾ ਹੈ ਔਰ ਉਸ ਤੋਂ ਬਾਅਦ ਉਸ એનર્ਜੀ ਨੂੰ ਯੂਜ਼ ਕਰਕੇ ਤੁਸੀਂ ਚਾਹੇ ਕਾਰਾਂ ਚਲਾ ਲਓ ਚਾਹੇ ਬਿਜਲੀ ਪੈਦਾ ਕਰ ਲਓ ਪੱਖੇ ਚਲਾ ਲਓ ਘਰ ਦੇ ਫ੍ਰਿਜ ਚਲਾ ਲਓ 쿨ਰ ਚਲਾ ਲਓ ਕੁਝ ਵੀ ਕਿਉਂਕਿ ਮੋਟਰ ਜਿਹੜੀ ਹੈ ਬੇਸਿਕਲੀ ਤਾਂ ਇਹ ਹੈ ਕਿ ਮੋਟਰ ਚਲਾਉਣੀ ਉਹਨੂੰ ਫਿਊਲ ਦੀ ਜਾਂ ਇਲੈਕਟ੍ਰਿਸਿਟੀ ਦੀ ਲੋੜ ਰਹਿੰਦੀ ਹੈ ਜਾਂ ਉਹ ਪੈਟਰੋਲ ਤੋਂ ਡੀਜ਼ਲ ਤੋਂ ਕੇਰੋਸਿਨ ਔਇਲ ਤੋਂ ਚੱਲਦੀ ਹੈ ਜਾਂ ਫਿਰ ਉਹ ਬਿਜਲੀ ਤੋਂ ਚੱਲਦੀ ਹੈ। ਔਰ ਇਸ ਦੇ ਉੱਤੇ ਖਰਚਾ ਹੁੰਦਾ। ਇਹ ਕਹਿ ਰਹੇ ਨੇ ਕਿ ਮੈਗਨੇਟਿਕ ਵੇਵਸ ਨੂੰ ਚੈਨਲਾਈਜ਼ ਕਰਕੇ ਵਰਤ ਕੇ ਇਹ ਫ੍ਰੀਕੁਐਂਸੀ ਦੇ ਵਿੱਚ ਕਨਵਰਟ ਕਰਕੇ ਉਸ ਤੋਂ ਬਾਅਦ ਉਤੋਂ ਮੋਟਰ ਚਲਾਣਗੇ ਤੇ ਮੋਟਰ ਬਣਨ ਤੋਂ ਮੋਟਰ ਜਦੋਂ ਫ੍ਰੀ ਦੇ ਵਿੱਚ ਚੱਲੂਗੀ ਤਾਂ ਉਸ ਨੂੰ ਕਿਤੇ ਵੀ ਯੂਜ਼ ਕਰਕੇ ਮੋਟਰ ਨੂੰ ਅੱਗੋਂ ਕਾਰ ਸਕੂਟਰ ਮੋਟਰਸਾਈਕਲ ਕੁਝ ਵੀ ਤੁਸੀਂ ਚਲਾ ਸਕਦੇ ਹੋ। ਸਿਰਫ ਇਹ ਹੈ ਕਿ ਸਪੋਰਟ ਦੀ ਲੋੜ ਹੈ ਕਿ ਹੁਣ ਜਿਹੜੀ ਉਸ ਫੀਨੋਮੇਨਨ ਨੂੰ ਉਸ ਸਿਧਾਂਤ ਨੂੰ ਜਦੋਂ ਪ੍ਰੈਕਟੀਕਲੀ ਇੰਪਲੀਮੈਂਟ ਕਰਨਾ ਹੈ ਉਸ ਮਸ਼ੀਨ ਨੂੰ ਤਿਆਰ ਕਰਨਾ ਹੈ ਤਾਂ ਉਹਦੇ ਵਾਸਤੇ ਬਹੁਤ ਸਾਰੇ ਐਕਸਪੈਂਸਸ ਦੀ ਪੈਸੇ ਦੀ ਲੋੜ ਹੈ ਇਹ ਸਾਰੀਆਂ ਮਸ਼ੀਨਾਂ ਤੁਸੀਂ ਦੇਖੀਆਂ 40 ਸਾਲ ਦਾ ਇਹਨਾਂ ਦਾ ਤਜਰਬਾ ਹੈ 40 ਸਾਲ ਇਹਨਾਂ ਨੇ ਇਹ ਐਕਸਪੈਰੀਮੈਂਟਸ ਕੀਤੇ ਨੇ ਤਾਂ ਅੱਜ ਇਹ ਮਸ਼ੀਨਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਪਈਆਂ ਨੇ ਔਰ ਇਹਨਾਂ ਮਸ਼ੀਨਾਂ ਦੀ ਜਿਹੜੀ ਫਾਈਨਲ ਪ੍ਰੋਡਕਟ ਹੈ ਜਿਹੜਾ ਇਹ ਕਹਿ ਰਿਹਾ ਕਿ ਸਿਧਾਂਤ ਤਿਆਰ ਹੋ ਚੁੱਕਿਆ ਔਰ ਉਸ ਨੂੰ ਮਸ਼ੀਨ ਤਿਆਰ ਕਰਨ ਵਾਸਤੇ ਪ੍ਰੈਕਟੀਕਲੀ